जहाँ बरकते मिलती हैं, जहाँ बरकते मिलती हैं। आओ खुदावन के घर चले, जहाँ नेमते मिलती हैं, जहाँ नेमते मिलती हैं। आओ खुदावन के घर चले, आओ खुदावन के घर चले। हे मेरे पास यहोवा, तू है मेरी उम्मीद। हे मेरे पास यहोवा, ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਆਮ ਸਮੇਂ ਦਾ
11ਵਾਂ ਐਤਵਾਰ ਤੋਂ ਬਾਅਦ ਅੱਜ ਅਸੀਂ ਸੋਮਵਾਰ ਦੇ ਦਿਨ ਪਾਕ ਮਾਸ ਦੀ ਕੁਰਬਾਣੀ ਵਿੱਚ ਹਿੱਸਾ ਲੈਣ ਲਈ ਪਵਿੱਤਰ ਅਲਤਾਰ ਦੇ ਸਾਹਮਣੇ ਇਕੱਠੇ ਹੋਏ ਹਾਂ। ਅੱਜ ਦੀ ਪਵਿੱਤਰ ਅੰਜੀਲ ਦੇ ਰਾਹੀਂ ਪ੍ਰਭੂ ਯੇਸੂ ਮਸੀਹ ਸਾਨੂੰ ਸੱਦਾ ਦਿੰਦਾ ਹੈ ਇੱਕ ਦੂਸਰਿਆਂ ਨੂੰ ਮਾਫ ਕਰਨ ਲਈ ਅਤੇ ਪੁਨਰਮੇਲ ਦੇ ਰਾਹੀਂ ਖੁਦਾ ਦੇ ਰਸਤੇ ਵਿੱਚ ਚੱਲਣ ਲਈ ਸਾਨੂੰ ਸੱਦਾ ਦਿੰਦਾ ਹੈ। ਆਓ ਅਸੀਂ ਇਸ ਪਾਕ ਮਾਸ ਦੀ ਕੁਰਬਾਣੀ ਦੀ ਸ਼ੁਰੂਆਤ ਵਿੱਚ ਅਸੀਂ ਉਹਨਾਂ ਸਾਰੇ ਲੋਕਾਂ ਦੇ ਲਈ ਪ੍ਰਾਰਥਨਾ ਕਰੀਏ ਜੋ ਇੱਕ ਦੂਸਰੇ ਦੇ ਲਈ ਵੈਰ ਵਿਰੋਧ ਜਾਂ ਗੁੱਸਾ ਰੱਖਦੇ ਹਨ, ਜੋ ਆਪਣੇ ਮਨ ਵਿੱਚ ਉਹਨਾਂ ਨੂੰ ਮਿਲਿਆ ਹੋਇਆ ਦੁੱਖਾਂ ਦਰਦਾਂ ਦੇ ਕਾਰਨ ਆਪਣੇ ਵੇਰਿਆਂ ਨੂੰ ਮਾਫ ਕਰਨ ਲਈ ਉਹਨਾਂ ਨੂੰ ਇਸ ਗੱਲ ਖੁਦਾ ਦੀ ਰਾਹ ਨੂੰ ਅਸੰਭਵ ਸਮਝਦੇ ਹਨ, ਉਹਨਾਂ ਲਈ ਅਸੀਂ ਪ੍ਰਾਰਥਨਾ ਕਰੀਏ। ਜਿਸ ਤਰ੍ਹਾਂ ਪ੍ਰਭੂ ਯੇਸੂ ਨੇ ਆਪਣੇ ਵੇਰਿਆਂ ਨੂੰ ਅਤੇ ਉਹਨਾਂ ਨੂੰ ਕਤਲ ਕਰਨ ਵਾਲਿਆਂ ਤੱਕ ਮਾਫੀ ਦਿਲਾਇਆ, ਉਸਨੇ ਆਪਣੇ ਆਪ ਮਰਨ ਤੋਂ ਪਹਿਲਾਂ ਉਹਨਾਂ ਲਈ ਮਾਫੀ ਦੀ ਪ੍ਰਾਰਥਨਾ ਕੀਤੀ। ਉਸੇ ਤਰ੍ਹਾਂ ਅਸੀਂ ਉਹਨਾਂ ਭੈਣਾਂ ਭਰਾਵਾਂ ਦੇ ਲਈ ਪ੍ਰਾਰਥਨਾ ਕਰੀਏ ਤਾਂ ਕਿ ਉਹ ਇੱਕ ਦੂਸਰੇ ਦੇ ਪ੍ਰਤੀ ਵੈਰ ਵਿਰੋਧ ਨਹੀਂ ਬਲਕਿ ਪਾਪਾਂ ਦੀ ਮਾਫੀ ਦੇ ਕੇ ਖੁਦਾ ਦੇ ਰਾਹ ਵਿੱਚ ਚੱਲ ਸਕੀਏ। ਆਓ ਅਸੀਂ ਇਸ ਪਾਕ ਮਾਸ ਦੀ ਕੁਰਬਾਣੀ ਵਿੱਚ ਭਗਤੀ ਭਾਵਨਾ ਦੇ ਨਾਲ ਹਿੱਸਾ ਲੈਣ ਦੇ ਲਈ ਅਸੀਂ ਆਪਣੇ ਕੀਤੇ ਹੋਏ ਸਾਰੇ ਗੁਨਾਹਾਂ ਅਤੇ ਪਾਪਾਂ ਨੂੰ ਛੇਤੇ ਕਰੀਏ ਅਤੇ ਉਹਨਾਂ ਪਾਪਾਂ ਲਈ ਖੁਦਾ ਦੇ ਅੱਗੇ ਤਹਿ ਦਿਲੋਂ ਮਾਫੀ ਮੰਗੀਏ। ਪਛਤਾਵੇ ਪਰੇ ਦਿਲ ਨਾਲ ਸਾਰੇ ਮਿਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਇਹ ਪ੍ਰਾਉ ਤੇ ਪੈਣੋ ਕਿ ਮੈਂ ਸੁੱਚ ਨਾਲ ਬੋਲੇ ਨਾਲ ਕਰੇ ਨਾਲ ਅਤੇ ਨਿਗੇਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਨ ਸਦਾ ਕੁਆਰੀ ਮਰੀਅਮ ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਇਹ ਪ੍ਰਾਉ ਤੇ ਪੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀ ਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਏ ਪ੍ਰਭੂ ਦਇਆ ਕਰ, ਏ ਪ੍ਰਭੂ ਦਇਆ ਕਰ, ਏ ਮਸੀਹਾ ਦਇਆ ਕਰ, ਏ ਮਸੀਹਾ ਦਇਆ ਕਰ, ਏ ਪ੍ਰਭੂ ਦਇਆ ਕਰ, ਏ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਏ ਖੁਦਾ, ਆਪਣੇ ਉੱਤੇ ਭਰੋਸਾ ਰੱਖਣ ਵਾਲਿਆਂ ਦੀ ਤੂੰ ਸ਼ਕਤੀ ਹੈ, ਸਾਡੀਆਂ ਬੇਨਤੀਆਂ ਨੂੰ ਮਿਹਰ ਨਾਲ ਸੁਣ ਲੈ। ਸਾਡੀ ਇਨਸਾਨੀ ਕਮਜ਼ੋਰੀ ਦੇ ਕਾਰਨ ਅਸੀਂ ਤੇਰੇ ਤੋਂ ਬਗੈਰ ਕੁਛ ਵੀ ਨਹੀਂ ਕਰ ਸਕਦੇ ਹਾਂ। ਆਪਣੇ ਫਜ਼ਲ ਨਾਲ ਹਮੇਸ਼ਾ ਸਾਡੀ ਸਹਾਇਤਾ ਕਰ ਤਾਂ ਜੋ ਤੇਰੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਆਪਣੀਆਂ ਇਰਾਦਿਆਂ ਅਤੇ ਕਰਮਾਂ ਰਾਹੀਂ ਤੈਨੂੰ ਖੁਸ਼ ਕਰ ਸਕੀਏ। ਸਾਡੇ ਪ੍ਰਭੂ ਯੇਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਪਾਕਤੀ ਏਕਤਾ ਵਿੱਚ ਇੱਕ ਖੁਦਾ ਜੀਵਨ ਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀ ਕਰ। ਆਮੀਨ। ਖੁਦਾ ਦੇ ਪਵਿੱਤਰ ਕਲਾਮ ਨੂੰ ਸੁਣਾਉਣ ਦੇ ਲਈ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਖੁਦਾ ਤੁਹਾਨੂੰ ਬਰਕਤ ਦੇਵੇ। ਆਮੀਨ। ਪਾਠ ਪਹਿਲਾ
ਰਾਜਿਆਂ ਦੀ ਪਹਿਲੀ ਕਿਤਾਬ 21:1 ਤੋਂ ਲੈ ਕੇ 16 ਤੱਕ ਇਜ਼ਰਾਈਲੀ ਨਿਵਾਸੀ ਨਬੋਤ ਦਾ ਇੱਕ ਅੰਗੂਰੀ ਬਾਗ ਸੀ ਜੋ ਸਾਮਰੀਆ ਦੇ ਰਾਜਾ ਹਬਾਬ ਦੇ ਮਹਿਲ ਕੋਲ ਸੀ। ਇੱਕ ਦਿਨ ਰਾਜਾ ਹਬਾਬ ਨੇ ਨਬੋਤ ਨੂੰ ਕਿਹਾ, ਤੇਰਾ ਅੰਗੂਰੀ ਬਾਗ ਮੇਰੇ ਮਹਿਲ ਦੇ ਨਾਲ ਲੱਗਦਾ ਹੈ, ਇਸ ਲਈ ਤੂੰ ਇਹ ਮੈਨੂੰ ਦੇ ਦੇ, ਮੈਂ ਇੱਥੇ ਸਬਜ਼ੀ ਦਾ ਬਾਗ ਲਾਉਣਾ ਚਾਹੁੰਦਾ ਹਾਂ, ਇਸ ਦੀ ਥਾਂ ਮੈਂ ਤੈਨੂੰ ਕੋਈ ਹੋਰ ਵਧੀਆ ਅੰਗੂਰੀ ਬਾਗ ਦੇ ਦੇਵਾਂਗਾ, ਜੇਕਰ ਤੂੰ ਚਾਹੁੰਦਾ ਹੈ ਤਾਂ ਮੈਂ ਇਸ ਦਾ ਮੁੱਲ ਵੀ ਤੈਨੂੰ ਦੇ ਸਕਦਾ ਹਾਂ। ਪਰ ਨਬੋਤ ਨੇ ਹਬਾਬ ਨੂੰ ਉੱਤਰ ਦਿੱਤਾ, ਇਹ ਮੇਰੇ ਪੁਰਖਿਆਂ ਤੋਂ ਮਿਲਿਆ ਮੇਰਾ ਵਿਰਸਾ ਹੈ, ਪ੍ਰਭੂ ਇਹਦੇ ਲਈ ਮੈਨੂੰ ਮਾਫ਼ ਕਰੇ। ਸੋ ਨਬੋਤ ਦੇ ਇਹ ਸ਼ਬਦ ਸੁਣ ਕੇ ਹਬਾਬ ਭਾਰਾ ਮਨ ਕਰਕੇ ਗੁੱਸੇ ਨਾਲ ਆਪਣੇ ਘਰ ਵਾਪਸ ਮੁੜ ਗਿਆ। ਉਹ ਆਪਣੇ ਬਿਸਤਰੇ ਉੱਤੇ ਇੱਕ ਪਾਸੇ ਕੰਧ ਵੱਲ ਮੂੰਹ ਕਰਕੇ ਚੁੱਪਚਾਪ ਲੰਮਾ ਪੈ ਗਿਆ। ਉਸਨੇ ਉਸ ਦਿਨ ਭੋਜਨ ਵੀ ਨਾ ਕੀਤਾ। ਪਰ ਉਸਦੀ ਪਤਨੀ ਇਜ਼ਬਲ ਨੇ ਉਸ ਕੋਲ ਆ ਕੇ ਪੁੱਛਿਆ, ਤੂੰ ਇੰਨਾ ਦੁਖੀ ਕਿਉਂ ਹੈ, ਤੂੰ ਕੁਝ ਖਾ ਕਿਉਂ ਨਹੀਂ ਰਿਹਾ? ਹਬਾਬ ਨੇ ਉੱਤਰ ਦਿੱਤਾ, ਮੈਂ ਇਜ਼ਰਾਈਲ ਨਿਵਾਸੀ ਨਬੋਤ ਤੋਂ ਉਸਦਾ ਅੰਗੂਰੀ ਬਾਗ ਮੰਗਿਆ ਅਤੇ ਮੈਂ ਉਸਨੂੰ ਉਸਦਾ ਮੁੱਲ ਦੇਣਾ ਚਾਹਿਆ, ਜਾਂ ਉਸਦੇ ਬਦਲੇ ਉਸਦੀ ਪਸੰਦ ਅਨੁਸਾਰ ਦੂਜਾ ਅੰਗੂਰੀ ਬਾਗ ਵੀ ਦੇਣਾ ਚਾਹਿਆ, ਪਰ ਉਸਨੇ ਮੇਰੀ ਗੱਲ ਨਹੀਂ ਮੰਨੀ ਹੈ। ਇਜ਼ਬਲ ਨੇ ਆਪਣੇ ਪਤੀ ਹਬਾਬ ਨੂੰ ਕਿਹਾ ਕਿ ਤੂੰ ਇਸਰਾਇਲ ਦਾ ਰਾਜਾ ਨਹੀਂ, ਤੂੰ ਉੱਠ ਕੇ ਖਾ ਪੀ ਅਤੇ ਖੁਸ਼ ਹੋ, ਮੈਂ ਤੈਨੂੰ ਨਬੋਤ ਦਾ ਅੰਗੂਰੀ ਬਾਗ ਦੇਵਾਂਗੀ। ਤਦ ਫਿਰ ਇਜ਼ਬਲ ਨੇ ਹਬਾਬ ਦੇ ਨਾਂ ਦੇ ਇਜ਼ਰਾਇਲ ਦੇ ਅਧਿਕਾਰੀਆਂ ਨੂੰ ਖਤ ਲਿਖੇ ਅਤੇ ਉਹਨਾਂ ਉੱਤੇ ਉਹਦੀ ਸ਼ਾਹੀ ਮੋਹਰ ਵੀ ਲਾਈ। ਉਹ ਖਤ ਉਸਨੇ ਲੋਕਾਂ ਨੂੰ ਘੱਲ ਦਿੱਤੇ। ਉਸਨੇ ਖਤਾਂ ਵਿੱਚ ਇਹ ਐਲਾਨ ਲਿਖਿਆ, ਵਰਤ ਦਾ ਦਿਨ ਰੱਖੋ ਅਤੇ ਲੋਕਾਂ ਨੂੰ ਸੱਦੋ, ਨਬੋਤ ਨੂੰ ਆਦਰ ਦਿਓ। ਫਿਰ ਕੁਝ ਗੁੰਡੇ ਲੋਕਾਂ ਕੋਲੋਂ ਨਬੋਤ ਉੱਤੇ ਇਹ ਦੋਸ਼ ਲਗਵਾਇਆ ਕਿ ਉਸਨੇ ਪਰਮੇਸ਼ਵਰ ਅਤੇ ਰਾਜਾ ਦੀ ਨਿੰਦਾ ਕੀਤੀ ਹੈ, ਤਾਂ ਤੁਸੀਂ ਉਸਨੂੰ ਸ਼ਹਿਰੋਂ ਬਾਹਰ ਲੈ ਜਾ ਕੇ ਪਥਰੋ ਕਰ ਦਿਓ। ਇਜ਼ਰਾਇਲ ਦੇ ਅਧਿਕਾਰੀਆਂ ਅਤੇ ਬਜ਼ੁਰਗਾਂ ਨੇ ਇਜ਼ਬਲ ਦੇ ਕਹੇ ਅਨੁਸਾਰ ਕੀਤਾ। ਉਹਨਾਂ ਨੇ ਵਰਤ ਦਿਨ ਦਾ ਐਲਾਨ ਕੀਤਾ ਅਤੇ ਲੋਕਾਂ ਨੂੰ ਸੱਦ ਕੇ ਨਬੋਤ ਨੂੰ ਆਦਰ ਦਿੱਤਾ। ਪਰ ਦੋ ਗੁੰਡਿਆਂ ਨੇ ਨਬੋਤ ਉੱਤੇ ਦੋਸ਼ ਲਾਇਆ ਕਿ ਉਸਨੇ ਪਰਮੇਸ਼ਵਰ ਅਤੇ ਰਾਜਾ ਦੀ ਨਿੰਦਾ ਕੀਤੀ ਹੈ, ਇਸ ਲਈ ਉਹਨਾਂ ਉਸਨੂੰ ਸ਼ਹਿਰੋਂ ਬਾਹਰ ਲੈ ਜਾ ਕੇ ਪਥਰੋ ਕਰ ਦਿੱਤਾ। ਇਹ ਕਰਕੇ ਪਿੱਛੋਂ ਉਹਨਾਂ ਇਜ਼ਬਲ ਕੋਲ ਇਹ ਸੰਦੇਸ਼ ਘੱਲਿਆ, ਨਬੋਤ ਨੂੰ ਪਥਰੋ ਕਰਕੇ ਮਾਰ ਦਿੱਤਾ ਗਿਆ ਹੈ। ਇਜ਼ਬਲ ਨੇ ਨਬੋਤ ਦੀ ਮੌਤ ਦਾ ਸੰਦੇਸ਼ ਮਿਲਦਿਆਂ ਹੀ
ਹਬਾਬ ਨੂੰ ਕਿਹਾ, ਨਬੋਥ ਮਰ ਗਿਆ ਹੈ, ਤੂੰ ਜਾ ਕੇ ਉਸਦੇ ਉਸ ਅੰਗੂਰੀ ਬਾਗ ਉੱਤੇ ਕਬਜ਼ਾ ਕਰ ਸਕਦਾ ਹੈ ਜੋ ਉਹ ਤੈਨੂੰ ਮੁੱਲ ਲੈ ਕੇ ਵੀ ਨਹੀਂ ਦੇਣਾ ਚਾਹੁੰਦਾ ਸੀ। ਹਬਾਬ ਨਬੋਥ ਦੀ ਖਬਰ ਮਿਲਦੇ ਸਾਰ ਹੀ ਗਿਆ ਅਤੇ ਉਸਨੇ ਉਸਦਾ ਅੰਗੂਰੀ ਬਾਗ ਉੱਤੇ ਕਬਜ਼ਾ ਕਰ ਲਿਆ। ਇਹ ਪ੍ਰਭੂ ਦੀ ਬਾਣੀ। ਖੁਦਾ ਦਾ ਸ਼ੁਕਰ ਹੋਵੇ। ਜਾਵਾਂ ਖੁਦਾਇਆ
ਜ਼ੁਲਫਾਂ ਤੋਂ ਆਜ਼ਾਦੀ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਮੱਤੀ ਦੇ ਅਨੁਸਾਰ ਤੇਰੀ ਵਡਿਆਈ ਹੋਵੇ ਐ ਪ੍ਰਭੂ। ਸੰਤ ਮੱਤੀ ਦੇ ਅੰਜੀਲ ਦਾ 5 ਬਾਬ 38 ਤੋਂ ਲੈ ਕੇ 42 ਤੱਕ ਬਦਲੇ ਦੀ ਪਾਵਨਾ ਛੱਡ ਦਿਓ। ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ, ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ। ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਜੋ ਬੁਰਾ ਹੈ ਉਸਦਾ ਵਿਰੋਧ ਨਾ ਕਰਨਾ, ਸਗੋਂ ਜੇਕਰ ਕੋਈ ਤੇਰੀ ਸੱਜੀ ਗੱਲ 'ਤੇ ਚਪੇੜ ਮਾਰੇ ਤਾਂ ਦੂਜੀ ਵੀ ਉਸ ਵੱਲ ਫੇਰ ਦੇ। ਜੇਕਰ ਕੋਈ ਮੁਕੱਦਮਾ ਕਰਕੇ ਤੇਰਾ ਕੁੜਤਾ ਲੈਣਾ ਚਾਹੇ ਤਾਂ ਉਸਨੂੰ ਆਪਣੀ ਚਾਦਰ ਵੀ ਦੇ ਦੇ। ਜੇਕਰ ਕੋਈ ਤੈਨੂੰ ਜ਼ਬਰਦਸਤੀ 1 ਮੀਲ ਲੈ ਜਾਵੇ ਤਾਂ ਉਸ ਨਾਲ 2 ਮੀਲ ਜਾਓ। ਜੋ ਤੇਰੇ ਕੋਲੋਂ ਮੰਗਦਾ ਹੈ ਉਸਨੂੰ ਦੇ ਦੇ, ਅਤੇ ਜੋ ਤੇਰੇ ਕੋਲੋਂ ਉਧਾਰ ਮੰਗਦਾ ਹੈ ਉਸ ਤੋਂ ਮੂੰਹ ਨਾ ਮੋੜ। ਪ੍ਰਭੂ ਦੀ ਪਵਿੱਤਰ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯੇਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ ਤੇ ਬੱਚਿਓ ਸਾਰਿਆਂ ਨੂੰ ਜੈ ਯੇਸੂ ਦੀ, ਜੈ ਯੇਸੂ ਦੀ। ਅੱਜ ਦੇ ਪਵਿੱਤਰ ਅੰਜੀਲ ਆਮ ਸਮੇਂ ਦੇ 11ਵਾਂ ਐਤਵਾਰ ਤੋਂ ਬਾਅਦ ਅਸੀਂ ਜਿਹੜੇ ਸੋਮਵਾਰ ਦੇ ਦਿਨ ਜੋ ਅੰਜੀਲ ਸੁਣਦਾ ਹਾਂ ਉਸ ਅੰਜੀਲ ਐਤਵਾਰ ਦੇ ਅੰਜੀਲ ਦੇ ਸੰਦੇਸ਼ ਦੇ ਨਾਲ ਨਿੱਤ ਸੰਬੰਧ ਹੈ। ਪ੍ਰਭੂ ਯੇਸੂ ਮਸੀਹ ਆਪਣੇ ਚੇਲਿਆਂ ਨੂੰ ਅਤੇ ਉਸਨੂੰ ਸੁਣਨ ਵਾਲਿਆਂ ਨੂੰ ਤਮਸੀਲਾਂ ਦੇ ਰਾਹੀਂ ਖੁਦਾ ਦੀਆਂ ਪੇਦਾਂ ਨੂੰ ਅਤੇ ਖੁਦਾ ਦੀ ਗੱਲਾਂ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਵੱਖ ਵੱਖ ਜਗ੍ਹਾ ਦੇ ਵਿੱਚ ਵੱਖ ਵੱਖ ਤਰੀਕੇ ਨਾਲ ਤਮਸੀਲਾਂ ਰਾਹੀਂ ਜ਼ਿੰਦਗੀ ਦੀਆਂ ਉਦਾਹਰਣ ਦੇ ਰਾਹੀਂ ਰੀਤੀ ਰਿਵਾਜ ਦੇ ਰਾਹੀਂ ਪ੍ਰਭੂ ਯੇਸੂ ਮਸੀਹ ਖੁਦਾ ਦੀਅਤ ਦੇ ਬਾਰੇ ਅਤੇ ਸਵਰਗ ਦੀਆਂ ਪੇਦਾਂ ਦੇ ਬਾਰੇ ਚੇਲਿਆਂ ਨੂੰ ਸਮਝਾਉਂਦੇ ਹਨ। ਅੱਜ ਜੋ ਸੰਦੇਸ਼ ਸੰਤ ਮੱਤੀ ਅੰਜੀਲਕਾਰ ਖੁਦਾ ਦੇ ਵਚਨਾਂ ਦੇ ਰਾਹੀਂ ਜੋ ਸਾਰੇ ਸੰਗਤਾਂ ਨੂੰ ਖਾਸ ਕਰਕੇ ਆਪਣੇ ਰਸੂਲਾਂ ਨੂੰ ਇਹ ਦੇਣਾ ਚਾਹੁੰਦਾ ਹੈ ਉਹ ਹੈ ਕਿ ਤੁਸੀਂ ਇੱਕ ਦੂਸਰੇ ਦੇ ਪ੍ਰਤੀ ਵੈਰ ਵਿਰੋਧ ਦਾ, ਗੁੱਸਾ ਰੱਖਣ ਦਾ ਅਤੇ ਪ੍ਰਤੀਕਾਰ ਕਰਨ ਦਾ ਭਾਵਨਾਵਾਂ ਨੂੰ ਬਦਲ ਕੇ
ਤੁਸੀਂ ਪੁਨਰ ਮੇਲ ਦੀ ਭਾਵਨਾ ਨੂੰ ਅਪਣਾਓ। ਖੁਦਾ ਦੀ ਸੱਦਾ ਵੀ ਅੱਜ ਇਸ ਸੰਦੇਸ਼ ਦੇ ਰਾਹੀਂ, ਇਸ ਅੰਜੀਲ ਦੇ ਰਾਹੀਂ ਇਹੀ ਹੈ ਸਾਡਾ ਸਾਰਿਆਂ ਦੇ ਲਈ। ਇਸ ਮਸੀਹ ਕਹਿੰਦੇ ਹਾਂ ਪ੍ਰਤੀਕਾਰ ਦਾ ਭਾਵਨਾਵਾਂ ਨੂੰ, ਬਦਲੇ ਦੀ ਭਾਵਨਾਵਾਂ ਨੂੰ ਖਤਮ ਕਰੋ ਅਤੇ ਪੁਨਰ ਮੇਲ ਦੀ ਭਾਵਨਾਵਾਂ ਨੂੰ ਸਵੀਕਾਰ ਕਰੋ। ਅਸੀਂ ਜਾਣਦੇ ਹਾਂ ਸਾਡੇ ਸਾਰੇ ਦੁਨੀਆ ਦੇ ਵਿੱਚ ਵੱਖ ਵੱਖ ਤਰ੍ਹਾਂ ਦੀ ਲੋਕਾਂ ਦੇ ਮਨ ਦੇ ਵਿੱਚ ਸੁਭਾਵ ਹੈ, ਭਾਵਨਾਵਾਂ ਹਨ। ਕਿਹਾ ਜਾਂਦਾ ਹੈ ਭਲਾਈ ਦੇ ਬਦਲੇ ਬੁਰਾਈ ਕਰਨਾ ਇਹ ਸ਼ੈਤਾਨੀਅਤ ਹੈ। ਸਾਰੇ ਧਿਆਨ ਨਾਲ ਸੁਣਨਾ, ਭਲਾਈ ਦੇ ਬਦਲੇ ਬੁਰਾਈ ਕਰਨਾ ਇਹ ਸ਼ੈਤਾਨੀਅਤ ਹੈ ਅਤੇ ਬੁਰਾਈ ਦੇ ਬਦਲੇ ਬੁਰਾਈ ਕਰਨਾ ਇਹ ਜਾਨਵਰਾਂ ਦੇ ਸੁਭਾਵ ਹੈ। ਭਲਾਈ ਦੇ ਬਦਲੇ ਭਲਾਈ ਕਰਨਾ ਇਹ ਆਮ ਤੌਰ 'ਤੇ ਇਨਸਾਨ ਦਾ ਸੁਭਾਵ ਹੈ, ਲੇਕਿਨ ਬੁਰਾਈ ਦੇ ਬਦਲੇ ਭਲਾਈ ਕਰਨਾ ਇਹ ਖੁਦਾ ਦਾ ਰਾਹ ਹੈ। ਪ੍ਰਭੂ ਯੇਸੂ ਮਸੀਹ ਨੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਹ ਸਿਖਾਇਆ, ਕਿਸੇ ਦੇ ਵਿਰੁੱਧ ਬੁਰਾਈ ਕਰਨ ਲਈ ਨਹੀਂ, ਕਿਸੇ ਦੇ ਵਿਰੁੱਧ ਵੇਰ ਵਿਰੋਧ ਰੱਖਣ ਲਈ ਨਹੀਂ। ਯੇਸੂ ਮਸੀਹ ਦੇ ਵਿਰੁੱਧ ਜਿੰਨੇ ਵੀ ਲੋਕਾਂ ਨੇ ਯੇਸੂ ਮਸੀਹ ਨੂੰ ਸਲੀਬ ਤੱਕ ਚੜਾਉਣ ਦੇ ਲਈ ਸਜ਼ਾ ਦੇ ਕੇ ਦੁੱਖ ਦਿਲਾਇਆ, ਫਿਰ ਵੀ ਯੇਸੂ ਮਸੀਹ ਪਵਿੱਤਰ ਸਲੀਬ 'ਤੇ ਆਖਰੀ ਜਿਹੜੀ 7 ਸ਼ਬਦਾਂ ਹਨ ਉਹਨਾਂ ਵਿੱਚੋਂ ਇੱਕ ਸ਼ਬਦ ਪ੍ਰਭੂ ਯੇਸੂ ਮਸੀਹ ਨੇ ਇਹ ਆਖਿਆ ਕਿ ਪ੍ਰਭੂ ਉਹਨਾਂ ਲੋਕਾਂ ਨੂੰ ਮਾਫ਼ ਕਰ ਜਿਨ੍ਹਾਂ ਨੂੰ ਪਤਾ ਨਹੀਂ ਕਿ ਉਹ ਕੀ ਕਰ ਰਹੇ ਹਨ। ਇਹ ਸੋਚ ਹੈ, ਇਹ ਜੋ ਰਾਹ ਹੈ ਇਹ ਖੁਦਾ ਦੀਅਤ ਹੈ, ਇਹ ਖੁਦਾ ਦਾ ਰਾਹ ਹੈ। ਅੱਜ ਦੀ ਅੰਜੀਲ ਦੇ ਵਿੱਚ ਸੰਤ ਮੱਤੀ ਦੀ ਅੰਜੀਲ 5 ਬਾਬ ਦੀ 38 ਤੋਂ ਲੈ ਕੇ 42 ਹੈ ਤੱਕ ਅਸੀਂ ਇਹ ਸੁਣਿਆ ਕਿ ਤੁਸੀਂ ਸਾਰੇ ਬਦਲੇ ਦੀ ਭਾਵਨਾਵਾਂ ਨੂੰ ਬਦਲੋ, ਬਦਲਾ ਨਹੀਂ ਰੱਖਣਾ ਇੱਕ ਦੂਸਰੇ ਨਾਲ। ਉਸ ਤੋਂ ਅੱਗੇ ਅਸੀਂ 5 ਬਾਬ ਦੀ 44 ਐਤ ਵਿੱਚ ਅਸੀਂ ਇਹ ਸੁਣਦੇ ਹਾਂ ਜੋ ਅੰਜੀਲਕਾਰਾਂ ਨੇ ਸਾਨੂੰ ਸਮਝਾਉਂਦੇ ਹਨ, ਜੋ ਤੁਹਾਡੇ ਉੱਤੇ ਦੁਸ਼ਮਣੀ ਰੱਖਦਾ ਹੈ ਤੁਸੀਂ ਉਹਨਾਂ ਨੂੰ ਪਿਆਰ ਕਰੋ, ਅਤੇ ਤੁਹਾਡੇ ਉੱਤੇ ਜ਼ੁਲਮ ਕਰਨ ਵਾਲਿਆਂ ਹਨ ਉਹਨਾਂ ਲਈ ਤੁਸੀਂ ਪ੍ਰਾਰਥਨਾ ਕਰੋ। ਇਹ ਖੁਦਾ ਦੀ ਰਸਤਾ ਹੈ। ਇਸ ਲਈ ਮੈਂ ਤੁਹਾਨੂੰ ਕਿਹਾ ਬੁਰਾਈ ਦੇ ਬਦਲੇ ਭਲਾਈ ਕਰਨਾ ਇਹ ਇਨਸਾਨੀਅਤ ਨਹੀਂ ਹੈ, ਇਹ ਜਾਨਵਰਾਂ ਦਾ ਸੁਭਾਵ ਨਹੀਂ ਹੈ, ਇਹ ਸ਼ੈਤਾਨੀਅਤ ਵੀ ਨਹੀਂ ਹੈ। ਬੁਰਾਈ ਦੇ ਬਦਲੇ ਭਲਾਈ ਕਰਨਾ ਇਹ ਖੁਦਾ ਦੀਅਤ ਹੈ, ਇਹ ਖੁਦਾ ਦਾ ਰਸਤਾ ਹੈ। ਅੰਜੀਲ ਦੇ ਵਿੱਚ ਅਸੀਂ ਇਹ ਪੜ੍ਹ ਕੇ ਸੁਣਿਆ। ਉਸ ਤੋਂ ਅੱਗੇ ਅਸੀਂ ਰੋਮਿਆਂ ਦੇ ਪੁਸਤਕ ਦੇ ਵਿੱਚ ਅਸੀਂ ਪੜ੍ਹਦੇ ਹਾਂ, ਰੋਮਿਆਂ ਦੇ ਪੁਸਤਕ ਦੀ 12 ਬਾਬ ਦੀ 14 ਐਂਤ ਵਿੱਚ ਇਸ ਤਰ੍ਹਾਂ ਲਿਖਿਆ ਹੈ, ਤੁਹਾਡੇ ਉੱਤੇ ਅੱਤਿਆਚਾਰ ਕਰਨ ਵਾਲਿਆਂ ਨੂੰ ਤੁਸੀਂ ਬਰਕਤ ਦਿਓ। ਦੇਖੋ ਕਿੰਨੀ ਵੱਡੀ ਚੁਣੌਤੀ ਹੈ ਸਾਡੇ ਸਾਹਮਣੇ। ਤੁਹਾਡੇ ਉੱਤੇ ਅੱਤਿਆਚਾਰ ਕਰਨ ਵਾਲਿਆਂ ਲਈ ਦੁਸ਼ਮਣੀ ਨਹੀਂ ਰੱਖਣਾ ਬਲਕਿ ਉਹਨਾਂ ਨੂੰ ਬਰਕਤ ਦਿਓ। ਅੱਗੇ ਵਚਨ ਦੇ ਵਿੱਚ ਇਹ ਲਿਖਿਆ ਹੈ, ਮੈਂ ਤੁਹਾਨੂੰ ਦੱਸਦਾ ਹਾਂ ਬਰਕਤ ਦਿਓ ਸਰਾਪ ਨਹੀਂ। ਇਹ ਸਿਰਫ ਜੋ ਖੁਦਾ ਵਿੱਚ ਰਹਿਣ ਵਾਲੇ ਹਨ, ਜੋ ਖੁਦਾ ਦੀ ਸ਼ਕਤੀ ਨੂੰ ਮਹਿਸੂਸ ਕਰਦੇ ਹਨ, ਜੇ ਖੁਦਾ ਦੀ ਪਾਪਾਂ ਦੀ ਮਾਫ਼ੀ ਨੂੰ ਆਪਣੀ ਜ਼ਿੰਦਗੀ ਵਿੱਚ ਸਵੀਕਾਰ ਕੀਤੇ ਹਨ, ਉਹ ਹੀ ਲੋਕ ਕਰ ਸਕਦੇ। ਮਸੀਹ ਵਿੱਚ ਪੈ ਰਹੀਓ,
ਅੱਜ ਸਾਡੇ ਲਈ ਬਹੁਤ ਵੱਡਾ ਸੰਦੇਸ਼ ਹੈ ਜੋ ਸੰਤ ਮੱਤੀ ਅੰਜੀਲਕਾਰ ਦੇ ਲਿਖਤਾਂ ਦੁਆਰਾ ਯੇਸੂ ਮਸੀਹ ਦੇ ਵਚਨਾਂ ਦੇ ਵਿੱਚ ਜੋ ਸਾਨੂੰ ਦਿੰਦੇ ਹਨ। ਆਵੋ ਅਸੀਂ ਇਸ ਲਈ ਇਸ ਪਾਕਮਾਸ ਦੀ ਕੁਰਬਾਣੀ ਵਿੱਚ ਉਹਨਾਂ ਲੋਕਾਂ ਦੇ ਲਈ ਖਾਸ ਪ੍ਰਾਰਥਨਾ ਕਰਾਂਗੇ ਜੋ ਇੱਕ ਦੂਸਰੇ ਲਈ ਮਾਫ਼ੀ ਦੇਣ ਦੇ ਲਈ ਇੱਛਾ ਹਨ ਲੇਕਿਨ ਹੋ ਨਹੀਂ ਰਿਹਾ। ਕੁਛ ਲੋਕ ਅਜਿਹਾ ਵੀ ਸੋਚਦੇ ਹਨ ਕਿ ਇੱਕ ਦੂਸਰੇ ਦੇ ਪਾਪਾਂ ਦੀ ਮਾਫ਼ੀ ਦੇਣਾ ਇਨਸਾਨ ਦੇ ਲਈ ਅਸੰਭਵ ਹੈ, ਇਹ ਸਿਰਫ ਖੁਦਾ ਦਾ ਕੰਮ ਹੈ। ਮਸੀਹ ਵਿੱਚ ਪੈਰੀਓ, ਅਸੀਂ ਖੁਦਾ ਦੇ ਰਾਹ 'ਤੇ ਚੱਲਣ ਵਾਲਾ ਈਸਾਈ ਹੈ, ਅਸੀਂ ਖੁਦਾ ਦੇ ਕਲਾਮ ਦੇ ਅਨੁਸਾਰ ਜ਼ਿੰਦਗੀ ਗੁਜ਼ਾਰਨ ਵਾਲਾ ਯੇਸੂ ਦੇ ਬੇਟੇ ਅਤੇ ਬੇਟੀਆਂ ਹਨ। ਆਓ ਅਸੀਂ ਯੇਸੂ ਦੇ ਰਾਹ ਨੂੰ ਅਪਣਾ ਲਈਏ, ਖੁਦਾ ਦੇ ਰਾਹ 'ਤੇ ਚੱਲੀਏ, ਆਪਣੇ ਦੁਸ਼ਮਣਾਂ ਨੂੰ ਮਾਫ਼ੀ ਦੇ ਕੇ, ਸਾਡੇ ਉੱਤੇ ਅਤਿਆਚਾਰ ਕਰਨ ਵਾਲਿਆਂ ਨੂੰ ਬਰਕਤ ਦੇ ਕੇ, ਅਸੀਂ ਈਸਾਈ ਧਰਮ ਦਾ ਖੁਦਾ ਦੀ ਪਵਿੱਤਰ ਵਚਨਾਂ ਦੀ ਰਸਤੇ ਦਾ ਗਵਾਹ ਬਣੀਏ। ਆਵੋ ਅਸੀਂ ਇੱਕ ਦੂਸਰੇ ਲਈ ਪ੍ਰਾਰਥਨਾ ਕਰੀਏ, ਵੇਰ ਵਿਰੋਧ ਨੂੰ ਖਤਮ ਕਰੀਏ ਅਤੇ ਅਸੀਂ ਖੁਦਾ ਦੇ ਪਿਆਰ ਨੂੰ, ਮਾਫ਼ੀ ਨੂੰ ਅਪਣਾ ਲਈਏ। ਖੁਦਾ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਅਤੇ ਬਰਕਤ ਦੇਵੇ। ਆਮੇਨ। ਪਰਵਾਨ ਅਰਪਣ ਕਰਾਂ ਮੈਂ ਰੂਝੀ ਸਮਝਾਂ, ਪਿਆਰੇ ਮਸੀਹਾ ਕਰ ਲੈ ਪਰਵਾਨ ਅਰਪਣ ਕਰਾਂ ਮੈਂ ਰੂਝੀ ਸਮਝਾਂ, ਪਿਆਰੇ ਮਸੀਹਾ ਕਰ ਲੈ ਪਰਵਾਨ ਅਰਪਣ ਕਰਾਂ ਮੈਂ ਰੂਝੀ ਸਮਝਾਂ, ਪਿਆਰੇ ਭੈਣੋ ਅਤੇ ਭਰਾਵੋ, ਪ੍ਰਾਰਥਨਾ ਕਰੋ ਕਿ ਮੇਰੇ ਅਤੇ ਤੁਹਾਡੀ ਇਸ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ, ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਅਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਇਹ ਖੁਦਾ, ਰੋਟੀ ਅਤੇ ਅੰਗੂਰੀ ਮੇਹ ਦੇ ਇਸ ਚੜਾਵੇ ਰਾਹੀਂ ਤੋਂ ਇਨਸਾਨ ਨੂੰ ਦੋ ਕਿਸਮ ਦੀਆਂ ਬਰਕਤਾਂ ਦਿੰਦਾ ਹੈ, ਜਿਵੇਂ ਕਿ ਜਿਸਮਾਨੀ ਖੁਰਾਕ ਜੋ ਸਾਡੇ ਬਦਨ ਦਾ ਪਾਲਣ ਪੋਸ਼ਣ ਕਰਦੀ
ਅਤੇ ਸੈਕਰਮੈਂਟ ਜੋ ਸਾਡੀ ਰੂਹ ਨੂੰ ਨਵਾਂ ਅਤੇ ਤਾਜ਼ਾ ਕਰ ਦਿੰਦਾ ਹੈ। ਬਖਸ਼ ਦੇ ਕਿ ਇਹਨਾਂ ਰਾਹੀਂ ਸਾਡੇ ਬਦਨ ਅਤੇ ਰੂਹ ਨੂੰ ਮਿਲਣ ਵਾਲੀ ਖੁਰਾਕ ਤੋਂ ਅਸੀਂ ਕਦੀ ਵੀ ਵਾਂਝੇ ਨਾ ਕਰ ਰਹੀਏ। ਸਾਡੇ ਪ੍ਰਭੂ ਯੇਸੂ ਮਸੀਹ ਦੇ ਰਾਹੀਂ ਆਮੇਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ ਬਾਪ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਵਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯੇਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਗੁਨਾਹਗਾਰ ਇਨਸਾਨ ਲਈ ਪਿਆਰ ਦੀ ਖਾਤਰ ਮਸੀਹ ਨੇ ਆਪਣੇ ਆਪ ਨੂੰ ਹਲੀਮ ਬਣਾ ਕੇ ਕੁਵਾਰੀ ਮਰੀਮ ਤੋਂ ਜਨਮ ਲਿਆ। ਸਲੀਬ ਉੱਤੇ ਦੁੱਖ ਸਹਿ ਕੇ ਉਸਨੇ ਸਾਨੂੰ ਸਦੀਵੀ ਮੌਤ ਤੋਂ ਮੁਕਤ ਕੀਤਾ ਹੈ ਅਤੇ ਮੁਰਦਿਆਂ ਵਿੱਚੋਂ ਜੀ ਉੱਠ ਕੇ ਸਾਨੂੰ ਆਨੰਦ ਜੀਵਨ ਬਖਸ਼ਿਆ ਹੈ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਜਤਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਮਸੀਹ ਵਿੱਚ ਪਿਆਰੀਓ, ਆਓ ਅਸੀਂ ਸਾਰੇ ਗੋਡੇ ਠੇਕੀਏ, ਆਪਣੇ ਹੱਥਾਂ ਨੂੰ ਜੋੜ ਕੇ, ਅੱਖਾਂ ਨੂੰ ਬੰਦ ਕਰਕੇ ਇੱਕ ਦੂਸਰੇ ਲਈ ਅਸੀਂ ਪ੍ਰਾਰਥਨਾ ਕਰੀਏ। ਪ੍ਰਭੂ ਯੇਸੂ ਦਾ ਆਗਿਆ ਹੈ, ਇੱਕ ਦੂਸਰੇ ਲਈ ਪ੍ਰਾਰਥਨਾ ਕਰੋ, ਇੱਥੋਂ ਤੱਕ ਦੁਸ਼ਮਣਾਂ ਨੂੰ ਪਿਆਰ ਕਰੋ। ਹੇ ਪ੍ਰਭੂ, ਦੁਨੀਆਂ ਵਿੱਚ ਵੇਰ ਵਿਰੋਧ ਰੱਖਣ ਵਾਲਿਆਂ ਨੂੰ ਇੱਕ ਦੂਸਰੇ ਨੂੰ ਮਾਫ਼ੀ ਦੇਣ ਦਾ ਸ਼ਕਤੀ ਪ੍ਰਦਾਨ ਕਰ। ਜਿਹੜੀ ਦੁੱਖ ਦਰਦਾਂ ਨੂੰ ਦੂਸਰਿਆਂ ਦੇ ਬੁਰਾਈ ਦੇ ਦੁਆਰਾ ਪ੍ਰਾਪਤ ਕੀਤੇ ਹਨ, ਉਹਨਾਂ ਦੇ ਦਿਲ ਦੀ ਦੁੱਖਾਂ ਨੂੰ ਮਿਟਾ ਦੇ। ਉਹਨਾਂ ਦੇ ਮਨ ਦੇ ਵਿੱਚ ਖੁਦਾ ਦੀ ਸ਼ਾਂਤੀ ਭਰ ਦੇ। ਹੇ ਯੇਸੂ, ਅਸੀਂ ਬਹੁਤ ਸਾਰੇ ਲੋਕ ਹਨ ਦੁਨੀਆਂ ਦੇ ਵਿੱਚ ਜੋ ਪਿਆਰ ਦੇ ਰਿਸ਼ਤੇ ਨੂੰ ਕਾਇਮ ਰੱਖੇ ਹਨ, ਲੇਕਿਨ ਕੁਝ ਗੱਲਾਂ ਬਾਤਾਂ, ਕੁਝ ਕਰਮ ਦੇ ਰਾਹੀਂ ਸਾਡੇ ਉਸ ਰਿਸ਼ਤੇ ਵੀ ਟੁੱਟ ਗਏ ਹਨ। ਪ੍ਰਭੂ, ਇੱਥੋਂ ਤੱਕ ਸਾਡੇ ਪਾਪਾਂ ਦੀ ਕਾਰਨ ਤੁਹਾਡੇ ਨਾਲ ਵੀ ਜੋ ਅਸੀਂ ਪਿਆਰ ਦੇ ਰਿਸ਼ਤੇ ਰੱਖੇ ਹਨ ਉਹ ਵੀ ਕਈ ਵਾਰ ਟੁੱਟ ਚੁੱਕੇ ਹਨ। ਪ੍ਰਭੂ, ਸਾਨੂੰ ਅੰਜੀਲ ਦੇ ਅਨੁਸਾਰ, ਖੁਦਾ ਦੇ ਪਵਿੱਤਰ ਕਲਾਮ ਦੇ ਅਨੁਸਾਰ ਚੱਲਣ ਦੀ ਸ਼ਕਤੀ ਦੇ। ਇੱਕ ਦੂਸਰਿਆਂ ਨੂੰ ਮਾਫ਼ੀ ਦੇ ਕੇ ਪਿਆਰ ਦੀ, ਰਿਸ਼ਤੇ ਦੀ ਜ਼ਿੰਦਗੀ ਗੁਜ਼ਾਰਨ ਦੀ ਸ਼ਕਤੀ ਪ੍ਰਦਾਨ ਕਰ। ਹੇ ਪ੍ਰਭੂ, ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯੇਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ।
ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਾਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ। ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ। ਇਹ ਕਹਿੰਦੇ ਹੋਏ ਤੁਸੀਂ ਸਾਰੇ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਏ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਹੇ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸੀਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਡਾਇਸਿਸ ਦੇ ਰਸੂਲੀ ਸੰਚਾਲਕ ਬਿਸ਼ਪ ਅਗਨੇਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀਵ ਠੰਡੀ ਉਮੀਦ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਹੇ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਤਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੀ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਤਨ ਰਸੂਲਾਂ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸਦੇ ਰਾਹੀਂ ਅਤੇ ਉਸਦੇ ਨਾਲ ਅਤੇ ਉਸਦੇ ਵਿੱਚ, ਏ ਖੁਦਾ ਪੂਰੀ ਕੁਦਰਤ ਵਾਲੇ ਬਾਗ ਰੂਪਾਕ ਦੀ ਏਕਤਾ ਵਿੱਚ, ਸਭ ਜਲਾਲ ਤੇ ਵਡਿਆਈ ਤੇਰੀ ਹੀ ਹੈ ਸਦਾ ਤੋਂ।
ਸਦਾ ਤੀਕ ਆਵੋ ਅਸੀਂ ਸਾਰੇ ਮਿਲ ਕੇ ਪਿਤਾ ਪਰਮੇਸ਼ਵਰ ਤੇ ਭਰੋਸਾ ਰੱਖਦੇ ਹੋਏ ਉਹਨਾਂ ਸ਼ਬਦਾਂ ਵਿੱਚ ਪ੍ਰਾਰਥਨਾ ਕਰੀਏ ਜਿਸ ਤਰ੍ਹਾਂ ਸਾਡੇ ਪ੍ਰਭੂ ਯੇਸੂ ਨੇ ਸਾਨੂੰ ਸਿਖਾਇਆ ਹੈ। ਏ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਆਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ, ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਏ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਸਮੇਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜੀਵੇ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੀ ਆਵਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਏ ਪ੍ਰਭੂ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜੀਵਨਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀ ਕਰ, ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਵੋ ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਐ ਦਿਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਦਿਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐ ਦਿਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜੇ ਸੰਸਾਰ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਤਨ ਵੋ ਜਿਹੜੇ ਉਸਦੇ ਭੋਜਨ ਤੇ ਸੱਦੇ ਗਏ ਹਨ। ਐ ਪ੍ਰਭੂ, ਮੈਂ ਸਿਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਛਾਤੀ ਲੈ ਆਵੇ, ਪਰ ਇੱਕ ਸ਼ਬਦ ਦਾ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਪ੍ਰਭੂ ਯਿਸੂ ਮਸੀਹ ਦਾ ਪਵਿੱਤਰ ਬਦਨ ਅਤੇ ਲਹੂ ਸਾਨੂੰ ਸਦੀ ਵੀ ਜੀਵਨ ਪ੍ਰਦਾਨ ਕਰੇ, ਆਮੀਨ। ਨਮਾ ਕਰਦੇ
ਰੂਹ ਆਪਣੀ ਨੂੰ ਮੇਰੇ ਨਾ ਕਰਦੇ ਹੈ, ਮੇਰੇ ਨਾ ਕਰਦੇ ਹੈ, ਤੋਕੇ ਗੁਨਾਹਾਂ ਤੋਂ ਨਵਾਂ ਕਰਦੇ ਜੋੜ ਦਿੱਤੇ ਨੇ ਦੁਖਾਂ ਅੱਗੇ ਅਥਰੂਆਂ ਹੱਥ ਜੋੜ ਦਿੱਤੇ ਨੇ, ਹਾਂ ਦੁੱਖਾਂ ਅੱਗੇ ਅਥਰੂਆਂ ਹੱਥ ਜੋੜ ਦਿੱਤੇ ਨੇ, ਦੁੱਖਾਂ ਅੱਗੇ ਅਥਰੂਆਂ ਹੱਥ ਜੋੜ ਦਿੱਤੇ ਨੇ, ਪਲਕਾਂ ਨੇ ਕੀਮਤੀ ਹੀ ਹੰਝੂ ਰੋੜ ਦਿੱਤੇ ਨੇ, ਪਲਕਾਂ ਨੇ ਕੀਮਤੀ ਕੀਮਤ ਅਦਾ ਕਰਦੇ ਅਦਾ ਕਰਦੇ, ਹੰਝੂਆਂ ਦੀ ਕੀਮਤ ਅਦਾ ਕਰਦੇ ਅਦਾ ਕਰਦੇ, ਰੂਹ ਆਪਣੀ ਨੂੰ ਮੇਰੇ ਨਾ ਕਰਦੇ, ਮੇਰੇ ਨਾ ਕਰਦੇ, ਅਸੀਂ ਪ੍ਰਾਰਥਨਾ ਕਰੀਏ। ਏ ਪ੍ਰਭੂ, ਪਾਕ ਯੂਕ੍ਰਿਸਤ ਦੇ ਸੈਕਰਮੈਂਟ ਵਿੱਚ ਹਿੱਸਾ ਲੈਣਾ ਸਾਡੇ ਲਈ ਤੇਰੇ ਨਾਲ ਸ਼ਰੀਕ ਹੋਣ ਦਾ ਨਿਸ਼ਾਨ ਹੈ। ਬਖਸ਼ ਦੇ ਕਿ ਇਹ ਸੈਕਰਮੈਂਟ ਕਲੀਸਿਆ ਨੂੰ ਏਕਤਾ ਅਤੇ ਸ਼ਾਂਤੀ ਵਿੱਚ ਹੋਰ ਮਜ਼ਬੂਤ ਬਣਾ ਦੇਵੇ। ਸਾਡੇ ਪ੍ਰਭੂ ਯੇਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲੇ ਖੁਦਾ ਬਾਪ ਅਤੇ ਬੇਟੇ ਅਤੇ ਰੂਹ ਪਾਕ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇ। ਆਮੀਨ। ਕੁਰਬਾਨੀ ਅਰਪਣ ਕੀਤੀ ਗਈ ਹੈ, ਪ੍ਰਭੂ ਦੀ ਸ਼ਾਂਤੀ ਵਿੱਚ ਜਾਈਏ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ, ਯਾਦ ਕਰ ਐ ਨਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦੇ ਆ, ਤੇਰੀ ਮਦਦ ਚਾਹੁੰਦੇ ਆ, ਤੇਰੀ ਸਿਫਾਰਿਸ਼ ਮੰਗਦੇ ਆ, ਤੇ ਤੂੰ ਖਾਲੀ ਗਿਆ ਹੋਵੇ ਆਏ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨਸ ਕੇ ਆਉਂਦਾ ਹਾਂ, ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਅਏ ਦੇ ਧਰੀ ਹੋਏ ਕਲਾਮ ਦੀ ਮਾਂ, ਤੂੰ ਮੇਰੀ ਅਰਜ਼ਾਂ ਨੂੰ ਯਕੀਨ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਤੇ ਕਬੂਲ ਕਰ। ਆਮੀਨ। ਪਵਿੱਤਰ ਮਾਂ ਮਰੀਮ, ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ।
ਵੀ ਹਦੀਸੋ ਤੇਰਾ ਪਿਆਰ ਪੁੰਨਿਆ ਬੁਲਾਇਆ ਜਾ ਨਹੀਂ ਸਕਦਾ ਹਦੀਸੋ ਤੇਰਾ ਪਿਆਰ ਪੁੰਨਿਆ ਬੁਲਾਇਆ ਜਾ ਨਹੀਂ ਸਕਦਾ ਵੀ ਹਦੀਸੋ ਤੇਰਾ ਪਿਆਰ ਪੁੰਨਿਆ ਬੁਲਾਇਆ ਜਾ ਨਹੀਂ ਸਕਦਾ ਹਦੀਸੋ ਤੇਰਾ ਪਿਆਰ ਬੁਲਿਆ ਬੁਲਾਇਆ ਜਾ ਨਹੀਂ ਸਕਦਾ ਮੇਰੀ ਤੇ ਕਰਮ ਬੇਸ਼ੁਮਾਰ ਕਦੇ ਗਿਣਿਆ ਵੀ ਜਾ ਨਹੀਂ ਸਕਦਾ ਮੇਰੇ ਤੇ ਕਰਮ ਬੇਸ਼ੁਮਾਰ ਕਦੇ ਗਿਣਿਆ ਵੀ ਜਾ ਨਹੀਂ ਸਕਦਾ ਮੇਰੀਆਂ ਤੋਂ ਸਾਰੀਆਂ ਐਸੀਆਂ ਨੀ ਭਾਈਆਂ ਮੇਰੇ ਨਾਲ ਯਾਰੀਆਂ ਲਾਲ ਤਾਂ ਮੁਕਾਈਆਂ ਮੇਰੇ ਤੋਂ ਸਾਰੀਆਂ ਜ਼ਿੰਦਗੀ ਚ ਸੁਝਿਆ ਤੁਨਿਆ ਬੁਲਾਇਆ ਜਾ ਨਹੀਂ ਸਕਦਾ ਜੇ ਹੱਦ ਯਸੋ ਤੇਰਾ ਪਿਆਰ ਬੁਲਿਆ ਬੁਲਾਇਆ ਜਾ ਨਹੀਂ ਸਕਦਾ ਮੇਰੇ ਤੇ ਕਰਮ ਬੇਸ਼ੁਮਾਰ ਕਦੇ ਗਿਣਿਆ ਵੀ ਜਾ ਨਹੀਂ ਸਕਦਾ